ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ। ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਓਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਓਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਦਾ ਭਲਾ ਕੀ ਹੋਊਗਾ। ਮਿਨਿਸਟਰੀਆਂ ਤੋਂ ਲੈ ਕੇ ਐਮਪੀਸ਼ਿਪਾਂ ਲੈ ਕੇ ਕਦੇ ਕੋਈ ਗੁਰੂ ਮਹਾਰਾਜ ਨੇ ਕੋਈ ਕਮੀਓਂ ਨਹੀਂ ਛੱਡੀ। ਦੋ ਤਿੰਨ ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਬਤੀਤ ਕੀਤੇ ਆ। ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ। ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ। ਹਰ ਦਾ ਆਪਣਾ ਆਪਣਾ ਪੇਸ਼ਾ ਹੈ। ਕੋਈ ਕੋਈ ਕਾਰੋਬਾਰ ਫੈਕਟਰੀਆਂ ਚਲਾਉਂਦਾ ਉਹ ਆਪਣੀ ਫੈਕਟਰੀ ਦੀ ਚੱਲਣ ਲਈ ਮੰਗ ਆਉਂਦਾ, ਕੋਈ ਦੁਕਾਨਦਾਰ ਆ ਉਹ ਆਪਣੇ ਲਈ ਆਉਂਦਾ ਹੈ, ਕਿਸੇ ਦੀ ਕੋਈ ਟਰਾਂਸਪੋਰਟ ਆ ਉਹਦੀ ਚੜ੍ਹਦੀ ਕਲਾ ਆਉਂਦੇ ਆ। ਅਸੀਂ ਸਿਆਸੀ ਲੋਕ ਹਾਂ, ਜਿੱਥੇ ਆਮ ਲੋਕਾਂ ਦਾ ਆਵਾਮ ਦਾ ਭਲਾ ਚਾਹੁੰਦੇ ਉੱਥੇ ਆਪਣੇ ਲਈ ਵੀ ਚੰਗੀ ਤਰ੍ਹਾਂ, ਕਿਉਂਕਿ ਜਿਹੜੀਆਂ ਵੀ ਇਲੈਕਸ਼ਨਾਂ ਹੁੰਦੀਆਂ ਹੈ ਉਹ ਗੁਰੂ ਤੋਂ ਬਗੈਰ ਤਾਂ ਹੁੰਦੀਆਂ ਨਹੀਂ, ਅਤੇ ਇਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਜੁੜਦੇ ਆ, ਅਤੇ ਉਹ ਕਿਸੇ ਨੂੰ ਜੇ ਗਲਤ ਫਹਿਮੀ ਹੋਵੇ ਵੀ ਤੁਹਾਡੇ ਕਰਕੇ ਜੁੜਦੇ ਉਹ ਗਲਤ ਆ। ਇਹ ਪਰਮਾਤਮਾ ਹੀ ਆ, ਇਹ ਵਾਹਿਗੁਰੂ ਆ, ਜੇ ਚੰਗੇ ਤੁਹਾਡੇ ਬਾਰੇ ਦਿਮਾਗ 'ਚ ਲੋਕਾਂ ਦੇ ਗੱਲ ਪਾਉਂਦਾ ਹੈ ਤਾਂ ਤੁਹਾਨੂੰ ਲੋਕ ਬਣਾ ਦਿੰਦੇ ਆ। ਚੰਗੇ ਕੰਮ ਨੇ ਜਿਹੜੇ ਕਰਮ ਕੀਤੇ ਹੋਣਗੇ ਚੰਗੇ, ਤਾਂ ਇਹ ਵਾਹਿਗੁਰੂ ਆਪ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰਦਾ। ਮੇਰੇ ਨਾਲ ਤਾਂ ਅੱਜ ਤੱਕ ਇਸੇ ਤਰੀਕੇ ਨਾਲ ਹੋਇਆ, ਚਾਹੇ ਮੈਂ ਪਵਿੱਤਰ ਸਾਡਾ ਤਖ਼ਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉੱਥੋਂ ਮੈਂਬਰ ਪਾਰਲੀਮੈਂਟ ਰਿਹਾ, ਦੋ ਵਾਰ ਮੈਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਿਹਾ, ਅਤੇ ਆ ਕੇ ਉਰਿਓਂ ਹੀ ਆਸ਼ੀਰਵਾਦ ਲੈ ਕੇ ਜਾਈਦਾ, ਦੁਰਗਿਆਣਾ ਮੰਦਰ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਜਾਈਦਾ, ਅਤੇ ਹਮੇਸ਼ਾ ਹੀ ਫਤਿਹ ਹੋਈ ਆ, ਕਦੇ ਵੀ ਕੋਈ ਔਕੜ ਆ ਜਿਹੜੀ ਉਹ ਨਹੀਂ ਆਈ। ਅਤੇ ਬਹੁਤ ਵਿਸ਼ਵਾਸ, ਚਾਹੇ ਮੇਰੇ ਮਾਤਾ ਜੀ ਹੋਣ, ਉਹਨਾਂ ਨੇ ਵੀ, ਚਾਹੇ ਗੁਰੂ ਗ੍ਰੰਥ ਸਾਹਿਬ ਸਾਡੇ ਘਰਾਂ, ਚਾਹੇ ਚੰਡੀਗੜ੍ਹ ਆ, ਚਾਹੇ ਉੱਥੇ ਰੋਜ਼ ਗੁਰੂ ਮਹਾਰਾਜ ਦੇ ਮੂਹਰੇ ਸਾਰਾ ਪਰਿਵਾਰ ਅਸੀਂ ਮੱਥਾ ਟੇਕ ਕੇ ਨਤਮਸਤਕ ਹੋ ਕੇ, ਅਤੇ ਹਰ ਵੇਲੇ ਬਾਣੀ ਆ ਜਿਹੜੀ ਉਹ ਚੱਲਦੀ ਰਹਿੰਦੀ ਆ। ਲੜੀਵਾਰ ਪਾਠ ਸਾਡੇ ਘਰ ਹਮੇਸ਼ਾ ਚੱਲਦਾ ਰਹਿੰਦਾ, ਅਤੇ ਗੁਰੂ ਨਾਲ ਜੁੜੇ ਹੋਏ, ਗੁਰੂ ਦਾ ਬਹੁਤ ਕੁਛ, ਕੋਈ ਕਮੀ ਉਹ ਨਹੀਂ ਛੱਡੀ ਗੁਰੂ ਨੇ। ਕੋਈ ਮੈਂ ਸਮਝਦਾ ਕਦੇ ਵੀ ਮੁੱਖ ਮੰਤਰੀ ਲੈ ਕੇ, ਮਿਨਿਸਟਰੀਆਂ ਤੋਂ ਲੈ ਕੇ, ਐਮਪੀਸ਼ਿਪਾਂ ਲੈ ਕੇ ਕਦੇ ਕੋਈ ਗੁਰੂ ਮਹਾਰਾਜ ਨੇ ਕੋਈ ਕਮੀ ਉਹ ਨਹੀਂ ਛੱਡੀ। ਇਹ ਸਭ ਇਹਨਾਂ ਦਾ ਹੈ, ਅਤੇ ਇੱਥੋਂ ਹੀ ਬਖਸ਼ਿਸ਼ ਆ ਜਿਹੜੀ ਉਹ ਹੁੰਦੀ ਆ। ਅਤੇ ਅੱਜ ਸਾਡੇ ਕੁਛ ਅਸੀਂ ਪਰਿਵਾਰ ਦੇ ਮੈਂਬਰ ਜਿਹੜੇ ਅੰਮ੍ਰਿਤਸਰ ਤੋਂ ਨੇ, ਸਾਡੇ ਬਖਸ਼ੀ ਜੀ ਨੇ, ਜੋਸ਼ੀ ਜੀ ਨੇ, ਸਾਡੇ ਬਸੀ ਜੀ ਨੇ, ਅਤੇ ਅਸੀਂ ਇਹ ਤਿੰਨ ਚਾਰ ਜਾਣੇ ਪਰਿਵਾਰ ਆਪਣੇ ਇਕੱਠੇ ਹੋ ਕੇ ਅੱਜ ਆਰਾਮ ਦੇ ਨਾਲ ਸਵੇਰ ਦੇ ਚੰਗਾ ਦੋ ਤਿੰਨ ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਬਤੀਤ ਕੀਤੇ ਆ। ਅਤੇ ਦੁਬਾਰਾ ਚਾਰਜ ਹੋ ਕੇ, ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ, ਚਾਰਜ ਹੋ ਕੇ ਸੰਤੁਸ਼ਟੀ ਨਾਲ ਉਹ ਜਾਂਦਾ, ਅਤੇ ਕੁਦਰਤੀ ਗੱਲ ਆ, ਜੇ ਉਹਦੇ ਅੰਦਰ ਇੱਕ ਗੱਲ ਹੋਰ ਭਾਵਨਾ ਹੈ, ਉਹਦੇ ਅੰਦਰ ਭੈ ਰਹਿੰਦਾ ਕੋਈ ਮਾੜੇ ਕੰਮ ਨਾ ਕਰੇ, ਕੋਈ ਕਰਪਸ਼ਨ ਨਾ ਕਰੇ, ਵੀ ਭਾਈ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਊਂਗਾ, ਅਤੇ ਆਪਣੇ ਆਪ ਚੰਗੇ ਕੰਮ ਵੱਲ ਨੂੰ ਉਹ ਤੁਰਦਾ ਹੈ। ਉਹਦੇ ਲਈ ਵੀ ਇਲੈਕਸ਼ਨਾਂ ਵੀ ਸੁੱਖ ਸ਼ਾਂਤੀ ਨਾਲ ਹੋਣ, ਸਾਰੇ ਪੰਜਾਬ 'ਚ ਹੋਣ। ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ। ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਸੁਨੀਲ ਜੀ, ਇੱਕ ਸਦਨ ਦੇ ਵਿੱਚ ਜਿਵੇਂ ਸੀ ਐੱਮ ਸਾਹਿਬ ਦੀ ਇੱਕ ਰਵੱਈਆ ਸੀਗਾ, ਜਾਂ ਤਾਲਾ ਲੈ ਕੇ ਪਹੁੰਚੇ ਜਾਂ ਜਿਸ ਤਰੀਕੇ ਨਾਲ ਸ਼ਾਊਟਿੰਗ ਕਰਦੇ, ਨਹੀਂ ਮੈਨੂੰ ਨਹੀਂ ਲੱਗਦਾ ਵੀ, ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਹਾਂ, ਮੈਂ ਉਹਨਾਂ ਤੋਂ 2009 'ਚ ਆ ਗਿਆ ਸੀ, ਉਹ 14 'ਚ ਆਏ ਆ। ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ। ਤੁਸੀਂ ਵੀ ਪੁਰਾਣੀਆਂ ਇਤਿਹਾਸ ਬਾਰੇ ਪੜ੍ਹ ਸਕਦੇ ਹੋ, ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ, ਅਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ 'ਚ, ਮੇਰੀਆਂ ਵੇਰੇ, ਇਹ ਕੀ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ।
ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਓਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਓਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਦਾ ਭਲਾ ਕੀ ਹੋਊਗਾ।